الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين بجاہ محمد و آلہ الطیبین الطاہرین المعصومین یا رب العالمین مجلس عزا منظور و مقبول فرما. ادارے چ مقیم بچوں کو اپنے مشن چ کامیاب فرما. مجلس چ کوئی بیمار ہے صحت یاب فرما. بے اولاد ہے نیک اولاد عطا فرما. اس ساراں دے مرحومین کو بشرطے کہ مومن ہوون تاں درجات بلند فرما. بھائی سکندر باس دی مال رزق اولاد وچ برکت نصیب فرما. ہزار دی ایک دعا اے منتقم میں آل محمد دا ہنے ظہور فرما. مولا دی زیارت دے قابل بنا. اللہم صلی علی محمد و آل محمد. أعوذ بالله من الشيطان اللعين الرجيم بسم الله الرحمن الرحيم جاء علي مومن منافق دی پہچان. الحمدللہ رب العالمین والعاقبۃ للمتقین وجنۃ للمؤمنین والنار للکافرین والمنافقین. السلام علی رسول الکریم ابی القاسم محمد. اما بعد فقط قال سبحانه تعالى في كتابه المجيد بسم الله الرحمن الرحيم أفمن كان مؤمنا كمن كان فاسقا لا يستوون صلوات. اجازت ہے جناب ذکر پاک شروع. سورہ سجدہ جو حکایت تلاوت کی تھی. سوال ہی اللہ آپ کی تے جواب ہی آپ لیتے. پڑھنا میں سمجھنا تسیں. فرمایا جڑے مومن ہیں جڑے مومن انہاں دی برابری او کیویں کر سکدن جڑے فاسق ہیں. میری زبان دی سمجھ آوے تو زبان ہلا چھڑے. جڑے عباس پیر ادے جڑے مومن ہیں کمن کان فاسقن انہاں دے برابر او کیویں ہو سکدے نے جڑے فاسقن. وہ اپنا فیصلہ دین دے لا یستون ہرگز برابر نہیں. مومن تے فاسق برابر نہیں. میں علیحدہ چونکہ فاسق تے مومن برابر نہیں تا
ਦਸਾਉਣਾ ਇਹ ਫਾਸਿਕ ਕੌਣ ਹੈ, ਮੋਮਿਨ ਕੌਣ ਹੈ। ਮੋਮਿਨ ਕਿਉਂ ਮੋਮਿਨ ਹੈ, ਫਾਸਿਕ ਕਿਉਂ ਫਾਸਿਕ। ਸੂਰਾ ਤੌਬਾ ਕੋਲ ਮੈਂ ਪੁੱਛਿਆ ਹੈ ਫਾਸਿਕ ਕੌਣ ਹੈ, ਫਰਮਾਇਆ ਇਨਲ ਮੁਨਾਫਿਕੀਨ ਹੁਮੁਲ ਫਾਸਿਕੂਨ, ਜਿਹੜਾ ਮੁਨਾਫਿਕ ਹੈ ਉਹ ਤਫਾਸਿਕ ਹੈ। ਮੁਨਾਫਿਕੀਨ ਹੀ ਫਾਸਿਕੀਨ ਹੈ, ਜਿਹੜਾ ਮੁਨਾਫਿਕ ਹੈ ਉਹ ਫਾਸਿਕ। ਮੁਨਾਫਿਕ ਕੌਣ ਹੈ, ਨਿਸ਼ਾਨੀਆਂ ਮੈਨੇ ਨਾ ਲੱਭ ਤੱਕ ਉਹ ਆਪਣੇ ਇਲਾਕੇ ਚ ਪੋਸਣ, ਇਹ ਮੁਮਕਿਨ ਹੈ ਕਾਫਿਰ ਕੋਲਣ ਵਾਸਤੇ ਇੰਡੀਆ ਵਜਣਾ ਪਵੇ, ਮੁਨਾਫਿਕ ਤਾਂ ਇੱਥਾਂ ਹੀ ਲੱਭ ਪੋਸਣ। ਕਿਉਂਕਿ ਅਕਸਰ ਕਾਫਿਰ ਉਹ ਹਨ ਜਿਹੜੇ ਕਲਮਾ ਨਹੀਂ ਪੜ੍ਹਦੇ। ਅਬਾਸ ਭਾਈ ਇਹ ਜਿਹੜਾ ਮੁਨਾਫਿਕ ਹੈ ਇਹ ਕਲਮਾ ਹੀ ਪੜ੍ਹਦੇ, ਰੋਜ਼ਾ ਹੀ ਰੱਖਦੇ, ਹਜ ਵੀ ਕਰਦੇ, ਜ਼ਕਾਤ ਹੀ ਦੇਂਦੇ, ਨਮਾਜ਼ ਹੀ ਪੜ੍ਹਦੇ। ਇਹ ਬਈ ਗੱਲ ਹੈ ਜੋ ਨਮਾਜ਼ ਦੇ ਵਿੱਚ ਨਮਾਜ਼ ਨਹੀਂ ਪੜ੍ਹਦਾ। ਸੂਰਾ ਮੁਨਾਫਿਕੂਨ ਤੋਂ ਬਿਹਤਰ ਕੌਣ ਦੱਸੇ ਸੀ ਜੋ ਮੁਨਾਫਿਕ ਕੌਣ ਹੈ। ਇਬਤਦਾਈ ਆਯਾਤ ਤੁਸੀਂ ਸੁਣੀਆਂ ਹੋਈਆਂ, ਮੈਂ ਨਸ਼ਰੇ ਮੁਕਰਰ ਚ ਕਰਾਂ। ਇਜ਼ਾ ਜਾ ਕਲ ਮੁਨਾਫਿਕੂਨ ਕਾਲੁ ਨਸ਼ਹਦੁ ਇਨਕਾ ਲਰਸੂਲੁਲਲਾਹ ਵੱਲਾਹੁ ਯਅਲਮੁ ਇਨਕਾ ਲਰਸੂਲੁ ਵੱਲਾਹੁ ਯਸ਼ਹਦੁ ਇਨਲ ਮੁਨਾਫਿਕੀਨ ਲਕਾਜ਼ਿਬੂਨ। ਮੇਰਾ ਰਸੂਲ ਜਿਹੜੇ ਤੁਹਾਡੇ ਕੋਲ ਆ ਕੇ ਤੁਹਾ ਕੋ ਆਦ ਹਨ, ਤੁਸਾਂ ਅੱਲਾਹ ਦੇ ਰਸੂਲ ਹੋ, ਮੈਂ ਗਵਾਹੀ ਦੇਣਾ ਇਹ ਤਾਂ ਮੁਨਾਫਿਕ ਹਨ। ਹੁਣ ਸਮਝਣਾ ਇਹ ਮੁਲਤਾਨ ਵਾਲੇ, ਮੇਰੇ ਵਤਨ ਵਾਲੇ, ਵਸੇਬ ਵਾਲੇ, ਰਸੂਲ ਕੋਲ ਆਉਣ ਵਾਲੇ ਮੁਮਤਾਜ਼ ਸਾਰੇ ਮੁਨਾਫਿਕ ਨਹੀਂ। ਰਸੂਲ ਕੋਲ ਤਾਂ ਸਲਮਾਨ ਹੀ ਆਉਂਦਾ ਹਾ, ਜਿਹਦੇ ਬਾਰੇ ਆਪ ਫਰਮਾਨ ਹਨ ਅਸਲਮਾਨ ਹੋ ਨਾ ਨਾ ਬਾਬੁਲ ਈਮਾਨ, ਇਹ ਬਈ ਹਦੀਸ ਹੈ, ਸਲਮਾਨ ਈਮਾਨ ਦਾ ਦਰਵਾਜ਼ੇ ਹੈ। ਸਲਮਾਨ ਇਹ ਮਸਜਿਦ ਹੈ, ਦਰਵਾਜ਼ਾ ਹੈ, ਜੈ ਬਿਸਮਿਲ੍ਲਾ, ਜੇ ਮਸਜਿਦ ਹੀ ਚਾਵਣ ਹੈ ਦਰਵਾਜ਼ੇ ਚੁਆਸੀ। ਈਮਾਨ ਅਲੀ ਹੈ, ਦਰਵਾਜ਼ਾ ਸਲਮਾਨ ਹੈ। ਅੱਛਾ, ਨਬੀ ਦਾ ਦਰਵਾਜ਼ਾ ਅਲੀ ਹੈ, ਅਲੀ ਦਾ ਦਰਵਾਜ਼ਾ ਸਲਮਾਨ ਹੈ। ਜੇ ਨਬੀ ਦੁਆਵਣੇ ਅਲੀ ਦੁਆਵੇ, ਜੇ ਅਲੀ ਦੁਆਵਣੇ ਸਲਮਾਨ ਦੁਆਵੇ। ਮੈਂ ਮਜਲਿਸ ਪੜ੍ਹਦਾ ਖੜਾ ਕਿ ਫਾਸਿਕ ਤੇ ਮੋਮਿਨ ਬਰਾਬਰ ਨਹੀਂ, ਫਾਸਿਕ ਤੇ ਮੋਮਿਨ ਬਰਾਬਰ, ਤੇ ਫਾਸਿਕ ਸੂਰਜ ਤੌਬਾ ਪਿਆ ਦੀ ਹੈ ਉਹ ਹਨ ਜਿਹੜੇ ਮੁਨਾਫਿਕ ਹਨ। ਮੁਨਾਫਿਕ ਦੀਆਂ ਨਿਸ਼ਾਨੀਆਂ ਅੱਲਾਹ ਦੱਸੀ ਹਨ, ਇਤਖਜ਼ੂ ਅਈਮਾਨਹੁਮ ਜੁਨਨਤਨ। ਪਹਿਲੀ ਨਿਸ਼ਾਨੀ ਹੈ ਮੁਨਾਫਿਕ ਦੀ, ਇਹ ਢਾਲ ਬਣੇ ਦਿਨ ਕਸਮਾਂ ਕੋ, ਕਸਮਾਂ ਬਣੀਆਂ ਚੈਲਣ। وَإِذَا لَقُوا الَّذِينَ آمَنُوا قَالُوا آمَنَّا وَإِذَا خَلَوْا إِلَى شَيَاطِينِهِمْ قَالُوا إِنَّا مَعَكُمْ۔ اللہ دے جڑا مومن کول وینن تا آدھن اسا مومن ہیں، جڑا خلوت وچ اپنے شیطانی گروہ کول وینن تا انہاں کو آدھن اسا تواڈے نال ہیں، تواڈے کول ہی آسن، ووٹ تے وقت ساڈا حق بندے مومن بھرا ہیں، ਟਿਕਟ ਭਾਵੇਂ ਉਹ ਤੂੰ ਮਲਾਉਣ ਤੂੰ ਕੀਤੀ ਖੜੇ ਹੋ ਸੀ।
ਠੀਕ ਹੈ ਜੀ। ਕਸਮਾ ਬਹੁ ਚੈਨਿਨ, ਸੁਣਦੇ ਬੈਠੇ ਹੋ, ਇਤਖਜ਼ੂ ਅਯਮਾਨਹੁਮ ਜੰਨਤਨ, ਇਹ ਕਸਮਾ ਬਹੁ ਚੈਨਿਨ। ਆਦਮੀ ਸਾਹਿਬ ਅਗਲੀ ਨਿਸ਼ਾਨੀ ਹੈ ਮੁਨਾਫਕਾਂ ਦੀ, ਫਸੱਦੂ ਅਨ ਸਬੀਲਿਲਲਾਹ, ਅੱਲਾ ਦੇ ਮੁਨਾਫਿਕ ਉਹੇ ਤਹਿਨ ਜਿਹੜੇ ਲੋਕਾਂ ਕੋ ਰੁਕੇਂਦੇ ਨੇ ਅੱਲਾਹ ਦੀ ਸਬੀਲ ਤੋਂ। ਕਿਸ ਤੋਂ ਰੁਕੇ? ਅੱਲਾਹ ਤੋਂ ਨਹੀਂ ਰੁਕੇਂਦੇ, ਅੱਲਾਹ ਦੀ ਸਬੀਲ। ਮੁਲਤਾਨ ਵਾਲੇ ਇੱਕ ਇਨਸਾਫ ਨਾਲ ਦੱਸੋ, ਜਿਹੜੇ ਮੌਲਵੀ ਸਾਰੀ ਜ਼ਿੰਦਗੀ ਪਾਣੀ ਵਾਲੀ ਸਬੀਲ ਦੇ ਨੇੜੇ ਨਹੀਂ ਲੱਗਣ ਦਿੱਤਾ, ਉਹ ਕੋ ਕਿਆ ਪਤਾ ਅੱਲਾਹ ਦੀ ਸਬੀਲ ਕੌਣ ਹੈ? ਮਜ਼ਹਬ ਆਲੇ ਮੁਹੰਮਦ ਦੀ ਜਿਹੜੀ ਤਫਸੀਰ ਚਾਹ ਹੋਵੇ ਕਹੇ ਵਾਰਿਸ ਕੁਰਾਨ ਨਾਲ ਮਨਸੂਬ, ਜਿਹੜੇ ਵਾਰਿਸ ਕੁਰਾਨ ਦਾ ਫਰਮਾਨ ਚਾਹ, ਮੌਲਾ ਸਬੀਲ ਕੌਣ ਹੈ? ਫਰਮਾਇਆ ਸਬੀਲ ਨਾ ਹੀ ਅਲੀ ਦੀ ਵਿਲਾਇਤ ਦੇ। ਬੇਸ਼ੱਕ ਸਬੀਲ ਕਿਆ ਹੈ ਬਈ ਬੋਲੋ? ਹਾਂ, ਲਾਈਵ ਟੈਲੀਕਾਸਟ ਪਈ ਥੀਂਦੀ ਏ, ਮੈਂ ਕੱਲਾ, ਤੁਸੀਂ ਹਜ਼ਾਰਾਂ 'ਚ ਬੈਠੇ ਹੋ, ਕੋਈ ਵੀ ਤਾਰੋਫ ਹੈ ਤਾਂ ਦੱਸੋ, ਸਬੀਲ ਦਾ ਕੋਈ ਵੀ ਤਾਰੋਫ ਹੈ ਤਾਂ ਦੱਸਾ, ਨਾ ਦੱਸਾ ਸੰਗਦਾ ਤਾਂ ਬਤ ਅਲੀ ਜੁਨ ਵਲੀ ਉੱਲਾ ਪਚਾ। ਕਾਦਮੀ ਸਾਹਿਬ ਇੱਕ ਆਇਤ ਹੈ, ਲੋਕ ਆਦਨ ਜੀ ਸਬੀਲ ਤੋਂ ਮੁਰਾਦ ਰਸੂਲ ਹੈ, ਮੈਂ ਆਇਤ ਪੜ੍ਹਦਾ ਜਿਹੜੀ ਦੱਸੇ ਸੀ, ਰਸੂਲ ਵੱਖਰੇ ਸਬੀਲ ਵੱਖਰੀ ਹੈ। ਯੋਮਾ ਯਅਦ ਜ਼ਾਲਿਮ ਅਲਾ ਯਦੈਹ ਯਕੂਲੁ ਯਾ ਲੈਤਨੀ ਤਖਫਤੁ ਮਅ ਰਸੂਲ ਸਬੀਲਾ। ਕਿਆਮਤ ਵਾਲੇ ਦਿਹਾੜੇ ਦਿਖਾਏ ਜ਼ਾਲਿਮ ਆਪਣਾ ਹੱਥ ਕੱਟੇ ਸੀ, ਯਕੂਲੁ ਯਾ ਲੈਤਨੀ ਤਖਫਤੁ ਮਅ ਰਸੂਲ ਸਬੀਲਾ, ਤੇ ਆਖਸੀ ਕਾਸ਼ ਮੈਂ ਰਸੂਲ ਦੇ ਨਾਲ ਸਬੀਲ ਕੋਈ ਮੰਨਾ ਹੁੰਦਾ। ਉੱਥਾਂ ਵੰਜ ਕੇ ਮੰਨੇ ਸੀ, ਇੱਥਾਂ ਨਹੀਂ ਮੰਨਦਾ। ਫਲੋ ਅੰਨਾ ਲਾਣਾ ਕਰ ਰਤਨ ਫਨਕੂ ਨਮਿਨਲ ਮੁਮਿਨੀਨ, ਉੱਥਾਂ ਵੰਜ ਕੇ ਆਖਸਨ ਪਰਵਰਦਿਗਾਰ ਸਾਕੂ ਪਿੱਛਾ ਭੇਜ, ਅਸਾਂ ਮੋਮਿਨ ਬਣਦੇ ਹਾਂ। ਜਾਮੇ ਸਾਹਿਬ ਜ਼ਮਾਨ ਬਹਿ ਕੇ ਸੁਣਨ ਵਾਲੇ, ਇੱਥਾਂ ਅਮੀਰ ਅਲ ਮੋਮਿਨੀਨ ਕੋ ਨਹੀਂ ਮੰਨਦਾ, ਉੱਥਾਂ ਮੋਮਿਨ ਕੋ ਹੀ ਮੰਨੇ ਸੀ। ਕਿਆ ਸੀ? ਯਕੂਲੂ ਯਾ ਲੈਤਨੀ ਤਖਸਤੁ ਮਅ ਰਸੂਲ ਸਬੀਲਾ, ਕਿ ਮੈਂ ਰਸੂਲ ਦੇ ਨਾਲ ਸਬੀਲ ਕੋਈ ਅਖਤਿਆਰ ਕੀਤਾ। ਕੁਲ ਮਾ ਅਫਅਲੁਕੁਮ ਅਲੈਹਿ ਮਿਨ ਅਜਰਿਨ ਇਲਾ ਮਾ ਸ਼ਾ ਅਨ ਯਤਖਜ਼ਾ ਇਲਾ ਰੱਬਿਹਿ ਸਬੀਲਾ। ਪਰ ਰਸੂਲ ਆਖ ਛੋੜ ਇਹਨਾਂ ਕੋ, ਜੋ ਰਿਸਾਲਤ ਦਾ ਇਹਦੇ ਤੋਂ ਇਲਾਵਾ ਆਜਰ ਨਾ ਮੰਗਦਾ, ਇਹੋ ਮੰਗਦਾ ਜੋ ਰੱਬ ਦੀ ਸਬੀਲ ਅਖਤਿਆਰ ਕਰਾਏ। ਰਿਸਾਲਤ ਦੀ ਆਜਰ ਇਹ ਮੰਗਣਾ, ਯਤ ਆਖੇਦਾ ਇਲਾ ਰੱਬੇ ਹੀ ਸਬੀਲਾ, ਰੱਬ ਦੀ ਸਬੀਲ ਅਖਤਿਆਰ ਕਰਾਏ। ਥੱਕ ਪਏ ਹੋਏ ਕੋਈ ਬੰਦਾ ਜੋ ਹੋਟਲ ਦੇ ਵੰਜ ਕੇ ਖਾਣਾ ਖਾਵੇ, ਖਾਵੇ ਰੱਜ ਕੇ ਅਤੇ ਬਿੱਲ ਨਾ ਦੇਵੇ, ਉਹਦੇ ਬਾਰੇ ਕੀ ਖਿਆਲ ਹੈ? ਖਾਵਣ ਹਲਾਲ ਹੈ ਹਰਾਮ ਹੈ? ਕਿਉਂ ਹਰਾਮ ਹੈ? ਉਜਰਤ ਨਹੀਂ ਸਰੀਤੀ? ਮੁਹੰਮਦ ਰਸੂਲੁੱਲਾ ਪੜ੍ਹ ਕੇ ਜਿਹੜਾ ਅਲੀ ਜੁਨ ਵਲੀਉੱਲਾ ਨਹੀਂ ਪੜ੍ਹਦਾ, ਉਹਦਾ ਮੁਹੰਮਦ ਰਸੂਲੁੱਲਾ ਪੜ੍ਹਨ ਹਰਾਮ ਹੈ? ਉਜਰਤ ਜੋ ਨਿਸ ਦਿੱਤੀ
ਰਸਾਲਤ ਦੇ ਆਜਰ ਦਾ ਨਾਂ ਅਲੀ ਦੀ ਵਿਲਾਇਤ ਹੈ। ਉਜਰਤੀ ਨੇਮਣੀ ਪੋਸੀ ਇਹ ਰੁਕੈਨਨ ਸਬੀਲ ਤੂੰ ਕਿਸ ਤੋਂ ਅਰਮਾਨ ਹੀ ਗਾਲ ਦੇ ਜੀਂਦੇ ਰੁਕੈਨਨ ਮੋਏ ਕੁ ਡਸੈਨਨ। ਮੇਰੀ ਇਹ ਖਾਮੀ ਹੈ ਕਿ ਮੈਂ ਪੜ੍ਹਦਾ ਸਰੈਕੀ ਮੈਂ ਹਾਂ। ਚਲੋ ਆਪਕੀ ਮਿਹਰਬਾਨੀ ਹੈ, ਆਪ ਮੁਝੇ ਸੁਣਨੇ ਤੋਂ ਆ ਜਾਤੇ ਹੈ। ਹਾਂ ਇਹ ਵੀ ਮੈਂ ਸੋਚ ਰਹਾ ਹੂੰ ਕਿ ਮੈਂ ਉਰਦੂ ਮੇਂ ਸ਼ੁਰੂ ਕਰ ਦੂੰ। ਹਾਂ ਜੀਂਦੇ ਕੋ ਮਨਾ ਕਰੇ ਨੇ, ਇੱਕ ਦਾ ਨਾਂ ਨਹੀਂ ਚਾਵਣ ਲੈਂਦੇ। ਮੋਏ ਦੇ ਮੁੰਡੇ ਹਲਾ ਕੇ ਬਾਰਾਂ ਦਾ ਨਾਂ ਇਸਮਾ ਇਫ ਹਮ ਅਲੀ ਓ ਇਮਾਮੀ ਵਲ ਹਸਨ ਓ ਇਮਾਮੀ ਵਲ ਹੁਸੈਨ ਓ ਇਮਾਮੀ ਮੈਂ ਸਿਦਰਾ ਦੀ ਸੈਰ ਕਰਾਉਣਾ ਚਾਹੁੰਦਾ। ਮੈਂ ਜਿਹੜਾ ਮੇਰੇ ਨਾਲ ਹੈ ਅਲੀ ਦਾ ਮਹੱਲਾ ਆਪਣਾ ਸੁਜਾਗ ਰੱਖੇ, ਅੱਗੇ ਮੌਲਵੀ ਆਪ ਲਾਉਂਦਾ ਹੋਈ ਕਬਰ ਵਿੱਚ। ਅੱਜ ਕੱਲ੍ਹ ਮੌਲਵੀ ਚੱਕਰ ਚਲਾਇਆ, ਆਪ ਉੱਤੋਂ ਥੀ ਬਾਂਦੇ ਬਹਿ ਦੇ ਪੁੱਤਰ ਕੋਲ ਲਹਿੰਦੇ, ਉੱਤੋਂ ਚਾਹ ਕੇ ਬਹਿ ਕੇ ਨਾ ਮੈਂ ਚਾਹੀ ਰੱਖਾਂ ਤੇ ਮੁੰਡੇ ਤੂੰ ਹਲਾਈ ਰੱਖੇ, ਆਪ ਕਿਉਂ ਨਹੀਂ ਲਾਦਾ? ਮੌਲਵੀ ਕੋ ਡਰੇ ਮਤ ਮੈਂ ਮੁੰਡਾ ਹਲਾ ਕੇ ਆਖਾਂ ਅਲੀ ਓ ਇਮਾਮੀ, ਮਈਤ ਮੇਰੇ ਗਿਰਬਾਨ ਚੋਂ ਨੱਪ ਕੇ ਆ ਕੇ ਹਰਾਮੀ ਜੀਂਦੇ ਹਟ ਕਹਿੰਦਾ ਹੈ, ਹੁਣ ਕਿਉਂ ਆਦਾ ਹੈ ਅਲੀ? ਰੁਕੈਨਨ ਅੱਲਾ ਦੀ, ਅੱਲਾ ਦੀ ਸਬੀਲ ਤੋਂ ਰੁਕੈਨਨ। ਕਿਸ ਤੋਂ ਰੁਕੈਨਨ? ਇਨਹੁਮ ਸਾ ਆ ਮਾ ਕਾਨੂ ਯਾ ਅਮਲੂਨ, ਜਿਹੜਾ ਕੁਝ ਕਰੇ ਨੇ ਬੁਰਾ ਕਰੇ ਨੇ। ਅੱਗੋਂ ਅੱਲਾ ਮੁਨਾਫਿਕ ਦੀ ਵੱਡੀ ਨਿਸ਼ਾਨੀ ਦੱਸੀ ਹੈ। ਹਾਂ ਤੇ ਉਹ ਨਿਸ਼ਾਨੀ ਹੈ, ਜੇ ਨਿਸ਼ਾਨੀ ਕੋ ਸੁਣ ਕੇ ਤਾਂ ਕੋਈ ਪਤਾ ਲੱਗ ਵੈ ਸੀ ਜੋ ਮੁਨਾਫਿਕ ਕਿੱਥਾਂ ਪਏ ਨੇ। ਅੱਗੋਂ ਅਤੇ ਜ਼ਾਲੇ ਕਬੇ ਅਨਹੁਮ ਆਮਨੂ ਸੁਮਾ ਕਾਫਰੂ, ਅੱਲਾ ਦੇ ਮੁਨਾਫਿਕ ਈ ਵਾਸਤੇ ਤਹੀਨ, ਪਹਿਲੇ ਮਨੇਂਦੇ ਨੇ ਪਿੱਛੇ ਮੁਕਰ ਵੈਨੇ, ਪਹਿਲੇ ਮਾਨਤੇ ਹੈ ਸੁਮਾ ਕਾਫਰੂ ਫਿਰ ਇਨਕਾਰ ਕਰ ਦੇਤੇ ਹੈ। ਫੜਦਾ ਮੈਂ ਖੜਾ ਡਰਦੇ ਤੁਸਾਂ ਬੈਠੇ ਹੋ ਯਾਰ, ਕੁਰਾਨ ਯਾਰ ਆਇਤ ਹੈ ਬਈ, ਅੱਲਾ ਨਹੀਂ ਪਿਆ ਦਾ ਮੁਨਾਫਿਕ ਉਹ ਹੈ ਜਿਹੜਾ ਪਹਿਲੇ ਮੰਨੇ। ਜ਼ਾਲਿਕ ਬੇ ਅੰਨਹੁਮ ਆਮਨੂ ਸੁਮਾ ਕਫਰੂ, ਪਹਿਲੇ ਈਮਾਨ ਲਾਤੇ ਹੈ ਫਿਰ ਇਨਕਾਰ ਕਰ ਜਾਤੇ ਹੈ, ਕਲਮੇ ਚ ਮਨੇਂਦੇਨ, ਆਜ਼ਾਨ ਚ ਮਨੇਂਦੇਨ, ਅਕਾਮਤੀ ਚ ਮਨੇਂਦੇਨ, ਜਦੋਂ ਅੱਲਾ ਦੇ ਸਾਹਮਣੇ ਵੇਨੇ ਸੁਮਾ ਕਫਰੂ ਫਿਰ ਇਨਕਾਰ ਕਰ ਦਿੱਤੇ ਹੈ। ਪਹਿਲੇ ਮੰਨਤੇ ਹੈ ਫਿਰ ਪਾ, ਮੈਂ ਕਹਿੰਦਾ ਪਿਆ ਕੋ ਸਾਰਾ ਅੱਜ ਤਾਂ ਨਹੀਂ ਪੜ੍ਹਨਾ, ਪਹਿਲੇ ਮੰਨੇ ਨੇ। ਮੈਂ ਸਪੀਕਰ 'ਤੇ ਖੜ ਕੇ ਖੜਾ ਦਾਂ, ਤੇਰੇ ਕੋਲ ਨਮਾਜ਼ ਪੜ੍ਹਨ ਦਾ ਜਵਾਬ ਹੀ ਅਲੀ ਦੀ ਵਿਲਾਇਤ ਤੇ। ਓਏ ਅੱਲਾ ਹਰ ਕੇ ਕੁੱਤਾ ਦੇਣ ਕਿਸ 'ਤੇ ਮੁਕੰਮਲ ਤੇ ਬੋਲੋ ਹਾਂ ਕਿਵੇਂ? ਅਲ ਯੌਮਾ ਅਕਮਲਤੁ ਲਕੁਮ ਦੀਨਕੁਮ ਵਾ ਅਤਮਮਤੁ ਅਲੈਕੁਮ ਨਿਅਮਤੀ। ਅਲੈਕੁਮ ਤੁਮ ਪਰ ਮੇਰੀ ਨਿਅਮਤ ਤਮਾਮ ਹੋ ਗਈ, ਤੁਮ ਪਰ ਮੇਰੀ ਨਿਅਮਤ ਵਾ ਅਤਮਮਤੁ ਅਲੈਕੁਮ, ਅਲੈਕੁਮ ਨਿਅਮਤੀ, ਤੁਮ ਪਰ ਮੇਰੀ ਨਿਅਮਤ ਤਮਾਮ ਹੋ ਗਈ। ਯਾ ਅਯੂਹ ਅਲਜ਼ੀਨ ਆਮਨੂ ਅਜ਼ਕੁਰੂ ਨਿਅਮਤ ਅੱਲਾਹ ਅਲੈਕੁਮ, ਲਦੋ ਈਮਾਨ ਵਾਲੇ ਜਿਹੜੀ ਤੁਹਾਡੇ ਤੇ ਮੇਰੀ ਨਿਅਮਤ ਹੈ ਉਹਦਾ ਜ਼ਿਕਰ ਤਾਂ ਕਰ। ਮੈਂ ਕੁਝ ਪਾਣੀ ਦੀ ਤਲਬ ਥੀ ਵੇ ਤਾਂ ਮੈਂ ਜਿਹਦੇ ਕੋਲ ਮੰਗਸਾਂ ਉਹ ਹੋਵੇ ਸੀ, ਜਾਂ ਸਾਰੇ ਭੱਜ ਪੋਸੋ ਉਹ ਹੋਵੇ ਸੀ, ਅਲੀ ਯੋਨ ਵਲੀ ਉੱਲਾ ਉਹ ਪੜਸੀ, ਜਾਂ ਕੋ ਅੱਲਾ ਆਖ ਹੈ, ਅੱਲਾ ਈਮਾਨ ਵਾਲੇ ਕੋ ਆਖ ਹੈ, ਬੇਈਮਾਨ ਕੋ ਤਾਂ ਆਖ ਹੀ ਨਹੀਂ।
समझ आ रही मेरे। हाँ हाँ बिल्कुल सही। मैं ये तो नहीं कह रहा कि ये पढ़ें, मैं इस पे तो जोर ही नहीं दे रहा, मैं तो ये बताने जा रहा हूं कि हम क्यों पढ़ते हैं। मैं तो ये दसेंदा खड़ा असा क्यों पढ़ते हैं अली उन वाली उल्ला, वरना ये तो वह गाल थी सी मुदई सुस्त गवाह चुस्त। मैं हर कहे को अली उन वाली उल्ला पढ़न दा था जो अली आधा आना फला तो नाफ जो मैं लोगों की नमाज हाँ। अली क्या कहा ना सला तो नाथ, मैं लोगों की नमाज हाँ, मैं छड़ी नमाज हाँ। एक सलवात पढ़ो भाई उन आमद बिस्मिल्लाह जा रहे थे से। क्या हूं मैं मुल्तान वाले अली क्या कह मैं लोगों की नमाज हाँ, मैं हर कहीं की नमाज हाँ। मालिक बनना च कढे अरे आना सलातुल मोमिनीन, खबरदार मैं को मुनाफिक दी नमाज च न गोले, मैं सिर्फ मोमिन दी नमाज हां। फासिक ते मोमिन बराबर बोलो नहीं, फासिक कौन? कुरान से बता रहा हूं बिस्मिल्लाहिर्रहमानिर्रहीम वलकद अनज़लना इलैका आयातिन बय्यनातिन वमा यकफुरु बिहा इल्लल फासिकून। हमने आपकी तरफ जो आयात नाजिल की ये तो वाजे हैं, ये तो रोशन हैं, इनका वही इनकार करेगा जो फासिक होगा। आयातुल्लाह दे मुनकर फासिक है, उल्लसो भाई आयातुल्लाह कौन इन बेशा मजा से दसा चुका भाई अल्लाह दियां अपनियां आयात 14 आयत मिसाल दे तौर ते भाई नजम उनी बाद ही चैन गड्डी मरी बारू खड़ी आवाज पत्नी न पई वेंदी होसी बार इन मरी गड्डी डिठी है इन आके गयूर ताया बैठे उन्हें मैं कुछ सुना ने न डिठा ने पता किमें लग गए आयत नजर आई है निशानी नजर निशानी आधे ऊको इन जो डेक के आफल नजर आवे लोग डे थे अली को हैं नजर खुदा आंदा हा हैदरी। अल्लाह दियां आयात कौन इन आप वाली बात करने जा रहा हूं अल्लाह दियां आयात इन 14 हमने आपकी तरफ जो आयात नाजिल की ये तो रोशन हैं इनका वही इनकार करेगा जो फासिक होगा। दूसरी जगह पे फरमा रहा है कद न अलम इन्नहु लयहदुनु कल्लज़ी यकूलून फइन्नहुम ला युकज़्ज़िबूनका वलाकिन अज़्ज़ालिमीन बिआयातिल्लाह यजहदून। अरे हम जानते हैं आपका दिल भी दुखी है लेकिन ये जालिम आपको तो नहीं जुठलाते, ये तो हमारी आयात का इनकार करते हैं। अली आयतुल कुबरा है मैं जामियो साहब जमान खड़ के खड़ा दा रसूल को देख के अल्लाह थी मन दा गुमान कह नहीं कीता अल्लाह दा गुमान थी आई तना है जना अली को डिठा ने अली अल्लाह दी आयम रसूल दे हों दे अल्लाह दी आयतुल कुबरा है मौला फरमाना ना आयतुल कुबरा घबराते नहीं गए अल्लाह अपनी आयात का इकरार बैठे मंगता या इनकार बोलो इकरार ना आदमी साहब आयत है या अहलल किताब लिमा तकफुरून बे आयातिल्लाह व अंतुम तशहदून। अल्लाह दे ओ अहले किताब ओ अहले किताब लिमा क्यों तकफुरून बे आयातिल्लाह मेरी आयात का इनकार करते हो
وان تم تشہدون، حالانکہ تم تو گواہ ہو، تم تو گواہ کا کوا دن، گواہ کہتے ہیں گواہی دینے والے کو، گواہی وہی دے سکتا ہے جو چشم دید ہو. آپ یہاں پہ بیٹھے ہیں، وقوع کوئی مظفر گڑھ میں ہو، اس کی گواہی آپ نہیں دے سکتے. کیوں نہیں دے سکتے؟ آپ نے دیکھا ہی نہیں. علی کو چھوڑ کر جو اللہ دی گواہی دے ون تے زور ودا دے نہیں، اللہ کو ڈٹھا کڈائیں. اللہ اقرار بیٹھا منگ دے، لما لما تکفرون بآیات اللہ وانتم تشہدون، کیوں انکار کرتے ہو میری آیات کا، تم تو گواہ ہو. میرے مالک گواہ تا اساں تا ہوں جو اساں ڈٹھا ہوئے. ادالاست یاد کر، میں تے کو ڈکھائے تہن. جلے میں پہلا سوال کیتا الستو بے ربکم، کیا میں تہاڈا رب نا، کیا میں تہاڈا محمد و نبیکم، کیا محمد تہاڈا نبی نہیں، علی یو امیرکم، کیا علی تہاڈا امیر نہیں. جامع صاحب زمان بہ کے سنن والے میرے سلجھو سامعین گرامی قدر، اگر اتھاں سوال ہی کہا تو اتھاں گواہی ہی کا بن دیئے ممدار جے، اتھاں ڈو ہن تو اتھاں ڈو بن دیئے، جے اتھاں ہی ترائے ہن اتھاں ہی ترائے بن دیئے نا. اللہ تقاضی اس لیے کر رہا ہے کہ اللہ نے دکھائے تھے، گواہ ہوندہ وہ ہے جڑا دیکھے. واللہ لا یہدی القوم الفاسقین، میں فاسقین کی قوم کو ہدایت نہیں کرتا، میں فاسقین کی قوم کو ہدایت. ہن ارمان ہی گال دے او دن لوڑ خدا دا، یا کو اللہ ہدایت نہیں کریں دا، او سا کو ہدایت ودا کریں دے. فاسق کون نے؟ میں آیت پڑھیے تیرے سامنے، 14 دا منکر فاسق کے. میں سپیکر تے کھڑا، ممبر تے کھڑ کے کھڑا دا، اگر این عقیدے دے بدلے، ایمان دے بدلے، نظریے دے بدلے میرا مالک کوئی سزا ہے تو میں کو علیحدگی چ نہ دے، انہاں دے سامنے دے جو انہاں چوں گمراہ کوئی نہ تھیوے. 14 دا منکر فاسق کے، بھاویں پٹکے آلے تے بھاویں امامے آلے. چودہ نہ جڑا منکرے، 14 چکے ایک دا منکرے، ہاں او فاسے کے باویں او پٹکے والا لا کے رے. میں اپنی برادری تے ریعت کیتی ہے، یا تم آنکھوں پہ میں اپنی برادری تے ریعت کیتی کھڑے تے انہاں کو رگڑی کھڑے. اوے میں تو دعا ہی میں منگنا میرا اللہ، اگر سارے مرحومین مومن ہنتاں، اگر مومن نہیں تو بھاویں میرا اپنا پیو کیوں نہیں، ونجے جہنم وچ. اوے جڑا علی دی ولایت دی وجہ تو اساں اپنے سکے پیو تے رعایت نہیں کریں دے، جیندے پیو دا پتہ کوئی نہیں اون دے تے رعایت کروں. چودہ دا منکر فاسق، آیات اللہ دا منکر فاسق، بھاویں پٹکے والے. ڈردے کیوں ہو یار؟ امامے والے قبر چ نہیں آونا، علی قبر چ آونے. جیڑا 14 دا منکر ہے وہ فاسق ہے.
ਜੇ ਕੋ ਅੱਲਾ ਹਿਦਾਇਤ ਨਹੀਂ ਕਰੇਂਦਾ ਸਾ ਕੋ ਹਿਦਾਇਤ ਵਧੇ ਕਰੇ ਨੇ ਤੇ ਵਾਤਾ ਦਿਨ ਸਾਡੀ ਗਾਹਲ ਕੋ ਸੋਚੋ ਹੀ ਨਹੀਂ ਕਿਬਲਾ ਕੁਲੀਆ ਹੀ ਹੋਏ ਨਾ ਅਲੀ ਦੀ ਵਿਲਾਇਤ ਇਨਕਾਰ ਵਾਸਤੇ ਜਿਹੜੀ ਤਕਲੀਦ ਕਰਵਾਉਂਦੇ ਨੇ ਉਹਦਾ ਕੁਲੀਆ ਹੀ ਹੋਏ ਕਬੂਲ ਕੌਲ ਅਲ ਗੈਰ ਮਿਨ ਗੈਰ ਹੁਜਤ ਔ ਮਿਨ ਗੈਰ ਮਾਰਿਫਤ ਦਲੀਲ ਗੈਰ ਕੀ ਬਾਤ ਕੋ ਬਗੈਰ ਦਲੀਲ ਕੇ ਮਾਨ ਲੈਣਾ ਹੁਣ ਇਹ ਆਦੇ ਮੰਨੋ ਸੋਚੋ ਨਹੀਂ ਅੱਲਾ ਕਿਆ ਦੇ ਖਬਰਦਾਰ ਮਤ ਕੱਲ ਕੋਈ ਫਾਸਿਕ ਖਬਰ ਗਿਨਾਵੇ ਤਾਂ ਪਹਿਲੇ ਤਹਿਕੀਕ ਕਰੇ ਚੌਦਾਂ ਦਾ ਮੁਨਕਰ ਫਾਸਿਕ ਹੈ ਕੋਈ ਵੀ ਹੈ ਭਾਵੇਂ ਸਾਡੇ ਪਾਸੋਂ ਹੈ ਅਤੇ ਭਾਵੇਂ ਜਿੱਥਾਂ ਹੈ ਚੌਦਾਂ ਦਾ ਜਿਹੜਾ ਮੁਨਕਰ ਹੈ ਤਾਂ ਅੱਲਾ ਦੇ ਬਹਿਨੇ ਜੇ ਮੱਲਾ ਦੇ ਮੈਂ ਫਾਸਿਕਾਂ ਦੀ ਕੌਮ ਕੋ ਹਿਦਾਇਤ ਨਾ ਕਰੇਂਦਾ ਵੱਲਹੁ ਲਾ ਯਹਦਿ ਅਲ-ਕੌਮ ਅਲ-ਕਾਫਰੀਨ ਮੈਂ ਕਾਫਰਾਂ ਦੀ ਕੌਮ ਕੋ ਹਿਦਾਇਤ ਨਾ ਕਰੇਂਦਾ ਵੱਲਹੁ ਲਾ ਯਹਦਿ ਅਲ-ਕੌਮ ਅਜ਼-ਜ਼ਾਲਿਮੀਨ ਮੈਂ ਜ਼ਾਲਿਮਾਂ ਦੀ ਕੌਮ ਕੋ ਹਿਦਾਇਤ ਨਾ ਕਰੇਂਦਾ ਮੈਂ ਮੁਲਤਾਨ ਵਾਲਿਆਂ ਕੋਲ ਪੁੱਛਿਆ ਨਾ ਮੁਲਤਾਨ 'ਚ ਕਿਤਨੀਆਂ ਕੌਮਾਂ ਇਹਨਾਂ ਲਸਾ ਸੰਗ ਸਨ ਮੇਰੇ ਕੋਲ ਪੁੱਛਤਾਂ ਸਿਰਫ ਦੋ ਕੌਮਾਂ ਇੱਕ ਇਨਕਾਰ ਵਾਲੀ ਹੈ ਬਈ ਇਕਰਾਰ ਵਾਲੀ ਹੈ ਅੱਲਾ ਰਹਿਣ ਦੀਆਂ ਜਹੀਂ ਰੂਹ ਬਣਾਈਆਂ ਤ੍ਰੈ ਨਹੀਂ ਬਣਾਈਆਂ ਇਨਕਾਰ ਵਾਲਿਆਂ ਵਾਸਤੇ ਜਹਨਮ ਹੈ ਵੱਲਦੀਨਾ ਕਫਰੂ ਵਕਜ਼ਬੂ ਬਿਆਯਾਤਿਨਾ ਉਲਾਇਕਾ ਅਸਹਾਬੁ ਜਹੀਮ ਹਾਂ ਇਨਕਾਰ ਵਾਲਿਆਂ ਵਾਸਤੇ ਜਹਨਮ ਹੈ ਇਕਰਾਰ ਵਾਲਿਆਂ ਵਾਸਤੇ ਇਕਰਾਰ ਵਾਲਾ ਭਾਵੇਂ ਕੋਈ ਮੁਸੱਲੀ ਹੈ ਉਹ ਜੰਨਤੀ ਚ ਇਨਕਾਰ ਵਾਲਾ ਭਾਵੇਂ ਕੋਈ ਸਈਆ ਦੇ ਜਹਨਮੀ ਚ ਇਹ ਦੁਨੀਆਦਾਰੀ ਚ ਰਿਆਇਤ ਥੀ ਵੈਂਦੀ ਏ ਇਹ ਮਲਿਕ ਸਾਹਿਬ ਦਾ ਬੰਦਾ ਤੇ ਖਾਨ ਸਾਹਿਬ ਦਾ ਬੰਦਾ ਹੈ ਇਹ ਡੋਗਰ ਸਾਹਿਬ ਦਾ ਬੰਦਾ ਤੇ ਬੋਸਣ ਸਾਹਿਬ ਦਾ ਬੰਦਾ ਤੇ ਛੋੜ ਲਿਓ ਇਨਕਾਰ ਨਬੀ ਦਾ ਪੁੱਤਰ ਕਰੇ ਅੱਲਾਹ ਨਹੀਂ ਛੋੜੇਂਦਾ ਫਾਸਿਕ ਕੋ ਇਨ ਜਿਹਨਾਂ ਚੌਦਾਂ ਦਾ ਇਨਕਾਰ ਕੀਤਾ ਮੋਮਿਨ ਕੌਣ ਇਨ ولو ترى اذ وقفوا على النار فقالوا يا ليتنا نرد ولا نكذب بآيات ربنا ونكون من المؤمنين اللہ دے دکھائے جے نہ کھڑے ہو سن جہنم دے کنارے تے کیا سن پروردگار سا کو موقع دے ولا دنیا چ بھیج مالک پچھی ولا بھیجا بھیاں نمازاں پڑھسو بے روزے رکھسو نہیں ولا نكذب بآيات ربنا ہن بھیج ਹੁਣ ਤੇਰੀ ਕਹਿ ਨਿਸ਼ਾਨੀ ਦਾ ਇਨਕਾਰ ਨਾ ਕਰੇ ਤੂੰ ਵਨਕੂਨ ਮਿਨਲ ਮੁਮਿਨੀਨ ਵਤ ਅਸਾਈ ਮੁਮਿਨੀਨ ਸ਼ਾਮਿਲ ਥੀ ਵੈਸੂ ਮੌਲਾ ਈਮਾਨ ਨਸੀਬ ਕਰੇ ਫਾਸਕੀਨ ਦੇ ਸ਼ਰ ਤੂੰ ਬਚਾਵੇ ਬਾਬੇ ਦੀ ਸ਼ਹਾਦਤ ਤੋਂ ਬਾਅਦ ਸਜਾਦ ਕਿੱਥੇ ਹੀ ਨਹੀਂ ਆਖਾ ਜੋ ਮੈਂ ਯਤੀਮ ਹਾਂ ਮੇਰੀ ਜਿਹੜੀ ਡਿਊਟੀ ਹੈ ਉਹ ਮੈਂ ਅਦਾ ਕੀਤੀ ਖੜਾ ਮੱਕੇ ਅਦੇ ਮੈਂ ਮੱਕਾ ਉਹ ਮਿਨਾ ਦਾ ਪੁੱਤਰਾ ਮੈਂ ਸਫਾ ਉਹ ਮਰਵਾ ਦਾ ਦਿਲ ਬੰਦਾ ਯਤੀਮ ਨਹੀਂ ਸੀ ਸਰਵਾਇਆ ਕਹੇ ਮਾਰੇ ਸਜਾਦ ਨਹੀਂ ਆਖਾ ਨਾ ਮਾਰ ਮੈਂ ਯਤੀਮ ਹਾਂ ਯਤੀਮ ਮੁਲਤਾਨ ਵਾਲੇ ਊਂ ਵੇਲੇ ਸਦਵਾਇਸ ਜਦਾ ਸ਼ਾਮ ਦੇ ਬਾਹਰੋਂ ਫੁੱਫੀ ਕੋ ਦਫਨਾਇਸ ਊਂ ਵੇਲੇ ਆਖੇਸ ਡਾਡੀ ਸੱਚ ਪੁੱਛਣੀ ਅੱਜ ਸੱਜਾ ਯਤੀਮ ਹੋ ਗਿਆ ਮੈਂ ਮਸਜੂਦ ਵਫਾ ਦੀ ਵਫਾ ਦਾ ਇੱਕ ਜੁਮਲਾ ਪੜ੍ਹਨਾ ਬਸ ਮੌਲਾ ਤੁਹਾਡੀ ਜ਼ਿੰਦਗੀ ਕਰੇ ਮੌਲਾ ਅਜ਼ਾਦਾਰਾਂ ਕੋਲ ਕਹਿਣ ਦਾ ਮੁਹਤਾਜ ਨਾ ਕਰੇ
سجاد دے اج میں یتیم تھی گیا میری ماں ہی اج موئی اے میرا پیو ہی اج موئے کنا جائی تے قاضی صاحب رستے نہیں ہوندے چہل پہل نال رستے بنوین ایویں نا چہل پہل نال رستے میرے بابے بزرگوار دا ایک لفظ ہے بابے ہن فرمانے ہیں کہ آلیا تے سکینہ دی قبر دے ماں بہن چٹے سر والی فضا اتنا ٹری ہے جو رستہ بن گئے پہلے راہ کوئی نہ پیچھے راہ بن گئے معمول ہا فجر دی نماز پڑھیا بی بی دی قبر تے قرآن دا ختم کریا تسا رون واسطے مجالس دا رخ کر دیو ہک مکدی ودی ہوندی ہے بئی دا اعلان تھی وندے فضا چکے آپ وڈی ذاکر ہے تے موقع دی گواہ ذاکر ہے اے اپنے رون واسطے کیڑا عمل کریں دی آئی فضا اپنے رون واسطے راہ ویندا کو پانی پی ویندا جڑے حاضر ناظر دا کی دل کے بیٹھے ہو راہی جتنا پیوین ہا اے اتنا رون دی آئی او پانی پیوین آئے حسین دے قاتلان تے لانت کریا تو سہی کیتی کرو یار کوشش کرائے بھائی میں صحیح ادا ایک محنت کرے نا پوک سواب تھی سی نا تو میں کوئی نال تھی سی پانی پی کے نا حسین دے قاتل تے لعنت کی تھی لوگ سمجھے نا کش منگ دیئے جے بچ ہاتھ پاویں نا جو انہاں تو غضب ناک نگاہ نال دیکھ کے آکھیا میں منگن والاں دی کنیز نا ضعیفہ تے کو حق حلال دا سمجھ کے پہ دینے انہاں تو دیکھ کے آ دیے جے احسان کریں دی ہو تو دعا کرو کیڑی دعا ٹھٹا سا بھر کیا کیا دعا کرو شالا رت سکھ پویس آخری دفعہ بیٹھی معصومہ دی قبر تے ساڈے اہل سنت پھرا محرم وچ قبراں واسر نو تعمیر کرن لیپا دیوین پکیاں کرن مومن اکثر رمضان اچ کرن وارس جڑے ہون قبران دے چھڑکاؤ کرن ترکاؤ کرن بالٹیاں بھر کے پائپ لا کے اے سکینہ دی قبر تے چھڑکاؤ کرن دی اکھیں دے پانی نال بڈڑا بندہ بہ ونجے نا بادشاہ اٹھیندا اوکھے اے اٹھیندی کیویں آئی وڈا سہارا ہے حسین دی دھی دی قبر یا علی کر کے اٹھی کھڑیا آخری دفعہ بیٹھی اج اٹھین دی لے جیندہ ذہن مجلس وچ موجود ہے آخری دفعہ زندگی دراز ہوئی آ بیٹھی اج ہاتھ قبر تے نس رکھے ہاتھ کمب دے ہوئے کمر تے آ گئے تے قبر تو دیکھ کے آ دیے کل نہ آواں تے راہ نہ دیکھیں ہن میں تھک پئی ہاں اللہ تعالی ماتم قبول کرے کل نہ آواں تے راہ نہ دیکھیں ہن میں تھک پئی بی بی عالیہ دی قبر تے آئی ہک وین سنو قرآن دا ختم پئی کرن دی آئی جو آپ مک گئی کوئی مرن تے ہوئے تا آدھے مری زندگی مکدی پئی ہے قبر دو دیکھ کے حوصلہ دیکھ فضا دا قبر دو دیکھ کے آ دیے ساہ دسینن مری نوکری مکدی پئی ہے اما تو کوئی بے وارث اپنے وارثاں کو ساڈ مدینے دو منہ کر کے آ دیے سجاد میں تیرے نال جنازے چویں میرا بچڑا میرے جنازے کو چاون والا کوئی نہیں ملتان دے ماتمی آؤ 35 سال چ نسڈا اوکھی آئی باویں سوکھی آئی
ਅੱਜ ਸੱਡਾ ਜਿਹੜੇ ਹਲਕੇ ਦੇ ਮਾਤਮੀ ਬੈਠੇ ਹੋ, ਮੈਂ ਤੁਹਾਡੇ ਕੋਲ ਪੁੱਛਦਾ, ਜੇ ਕੁਛ ਸੱਡਾ ਸੋ ਸੌਖਾ ਜ਼ਹਿਰ ਮਿਲੀ ਹੋਈ ਏ ਟੁਕੜੇ ਬੈਰ ਪਿਆ ਲੈ ਬਾਕਰ ਦੋਲੇ ਕਿਆ ਜੈ ਸ਼ਾਮ ਦੇ ਬਾਹਰੋਂ ਮਾਫਿਲਾ ਦੇ ਗਈਏ ਬਦਲੀ ਮੋਦੀ ਛਾਏ ਮੇਰੀ ਭਗਦਾ ਵਾਰਸ ਦੇਰ ਨ ਕਰਵਾ ਮਤੋਂ ਦਾ ਦਿਲ ਘਬਰਾਵੇ ਮੈਂ ਕੋ ਸੁਲ ਕਫਨ ਦੇਵੇ ਬਾਦ ਦੇ ਵਿੱਚ ਪਹਿਲੇ ਮਾਂ ਕੋ ਵਾਂਝਾ ਦਫਨਾਏ ਨਹੀਂ ਫੁੱਲ ਦੇ ਵਕਾਰ ਇਜਾਜ਼ ਇਮਾਮਤ ਨਾਲ ਮੁਹੰਮਦ ਬਾਕਰ ਸ਼ਾਮ ਪਹੁੰਚੇ ਦੇਖ ਮੇਰੇ ਆਲੇ ਪਾਸੇ ਨਰੋਵਣਾ ਜੁਰਮ ਹੁੰਦਾ ਤਾਂ ਸ਼ਕਲ ਵਾਲੇ ਤੇ ਜੰਨਤ ਵਾਜਿਬ ਨ ਥੀਂਦੀ ਆ ਕੇ ਡਿੱਠੇ ਤਾਂ ਕਬਰ ਤੇ ਸੁੱਤੀ ਹੋਈ ਏ ਕਬਰ ਤਾਂ ਦੇਖ ਕੇ ਪਿਆ ਦੀਏ ਮੈਂ ਸਾਧ ਬੈਠੀਆਂ ਹਾਲੇ ਕੋਈ ਨਹੀਂ ਵੀ ਆਇਆ ਕੰਡ ਪਿੱਛੋਂ ਐਣਿਆ ਸਲਾਮ ਵਾਲੇ ਗਿਆ ਜਾਰੀਆ ਤੁਲ ਹਰਾ ਉੱਦਾਂ ਦੇਖ ਕੇ ਕਬਰ ਤਾਂ ਦੇਖ ਕੇ ਆਦਿਆ ਲਿਆ ਬੈਰਾ ਕਬਰ ਦੀਆਂ ਸ਼ਕਲਾਂ ਖੜਾ ਨੇ ਲੈ ਆਦਿਆ ਬਾਕਰ ਜਵਾਨੀ ਚੜ ਪੇ ਮਰਹਬਾ 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 ਇਮਾਮ ਸਰ ਝੋਲੀ ਚ ਪਾਏ ਅਰੇ ਨਹੀਂ ਮੈਂ ਕੂਠਾ ਤੇਰੀ ਤਾਜ਼ੀਮ ਚ ਉਠਾਂ ਹਾਥੀ ਛੱਤ ਪਾਏ ਮਮਤਾਜ਼ ਉੱਠੀ ਵਣ ਦਾ ਇਰਾਦਾ ਕੀਤਾ ਇਸ ਉੱਠੀਂਦੀ ਜਾ ਤੇ ਸਵਾਲ ਕੀਤਾ ਤੂੰ ਲੱਖ ਦਫਾ ਵੇ ਮੈਂ ਸੱਡਾ ਤਊ ਕੁਆਂ ਬਾਕਰ ਦੇ ਮੂੰਹ ਚ ਨਿਕਲੇ ਤੈਂ ਜੇ ਕੁ ਸੱਡਾ ਹਾ ਉਹ ਜ਼ਹਿਰ ਮਿਲ ਗਈ ਏ ਭਾਵੇਂ ਇਮਾਮ ਦਾ ਦਾਤੇ ਆਈ ਕਬਰ ਤੇ ਛਣ ਪਈਏ ਹੱਥ ਬਣ ਕੇ ਆਦੀਏ ਜ਼ਿੰਦਗੀ ਵਧਾ ਉਹ ਮੈਂ ਕੁਛ ਸ਼ਾਮ ਚੂ ਮਦੀਨੇ ਪੁੱਜਾ ਹੌਸਲਾ ਹੌਸਲਾ ਬਿਸਮਿਲ੍ਲਾਹ ਇਮਾਮ ਦਾ ਸਰ ਇਮਾਮ ਨੇ ਸਰ ਝੋਲੀ ਚ ਪਾਤਾ ਹੈ ਉੱਥੇ ਹੀ ਰੂਪ ਪਰਵਾਦ ਤੇ ਲੋਬਾ ਹਵਾ ਮਰੀਅਮ ਆਸੀਆ ਗੁਸਲ ਕਫਨ ਕਾ ਫੂਰ ਦਿੱਤਾ ਇਹ ਨਹੀਂ ਜਨਾਲਾ ਪੜਨ ਵਾਲਾ ਕੋਈ ਨਹੀਂ ਫਰਿਸ਼ਤੇ ਪਹਿਲਾਂਦੇ ਨੇ ਪੁੱਛਦੇ ਖੜੇ ਨਸਾਂ ਕਿੱਥ ਖੜਨੇ ਉਹਨੂੰ ਸਾਹਮਣੇ ਕਾਫਲ ਨਮੂਦਾਰ ਥੇ ਫਿਜ਼ਾ ਦੇ ਚਾਰ ਪੁੱਤਰ ਕਹੇ ਵੰਜ ਕੇ ਤਾਨਾ ਦਿੱਤਾ ਜੋ ਮਾਂ ਪਾਣੀ ਪੀਵੇਂਦੀ ਨੇ ਇੱਕ ਬੰਦਾ ਗਾਵਾਂ ਕਿਆ ਦੇ ਕੌਣ ਸਿਆ ਡਾਡੇ ਸੰਸਾਰਾਂ ਦੀ ਮਾਂ ਅਦੇ ਵਜ਼ੂ ਕਰਨ ਦੇ ਤੇਰੇ ਨਾਲ ਜਨਾਜ਼ਾ ਬਣੇ ਨੇ 400 ਬੰਦੇ ਵਜ਼ੂ ਕੀਤਾ ਸੱਤ ਸਫਾਂ ਬਣ ਗਈਆਂ ਫਿੱਕਾ ਜਾ ਮਸਰੇ ਮਾਲੇ ਕੋਵੇ ਤਾਂ ਪੁੱਛਣਾ ਪੋਨੇ ਬਾਕਰ ਪਿੱਛਾ ਮੂੰਹ ਕਰਕੇ ਆਦੇ ਦਊ ਦੀ ਇਜਾਜ਼ਤ ਤੇਰੀ ਮਾਂ ਦਾ ਜਨਾਜ਼ਾ ਪਣਾ ਮੈਂ ਮਾਤਮੀ ਦੇ ਹੱਥ ਖੁਦਾਵਤ ਨੇ ਨਾ ਦਾਦਾਰ ਦੀ ਅੱਖ ਖੁਦਾਵਤ ਨੇ ਨਾ ਜਨਾਜ਼ੇ ਤੋਂ ਬਾਅਦ ਦਊ ਦਾ ਦੇ ਮੌਲਾ ਇਜਾਜ਼ਤ ਅਸਾਂ ਮੂੰਹ ਦੇਖੂ ਸਿਆ ਡਾਡੇ ਵਨੋਂ ਦੇਖੋ ਆਦੇ ਮੌਲਾ ਅਰਸ਼ ਤੇ ਕਫਨ ਹੱਥ ਕਿਵੇਂ ਲਾਉ ਸਿਆ ਡਾਡੇ ਕਤਾਰ ਬਣਾਓ ਮੈਂ ਬੰਦ ਖੁੱਲੇ ਨਾ ਚਾਰ ਪੁੱਤਰ ਕਤਾਰ ਇਚ ਖੜੇ ਨੇ ਬਾਕਰ ਬੰਦ ਖੜਾ ਖੁੱਲੇ ਨੇ ਮੂੰਹ ਜ਼ਹਿਰ ਤੇ ਵੱਡਾ ਪੁੱਤਰਾ ਦੇ ਅੰਮਾ ਸਲਾਮ ਫਿਜ਼ਾ ਦੀਏ ਤੂੰ ਕੋਈ ਹੁਸੈਨ ਅਦੀਏ ਮੈਂ ਕੁਮਾ ਸੱਡੇ ਦਾਬਾਸ
ਮੈਂ ਇਸੇ ਦੀ ਮਜਲਿਸ ਹੋ ਗਈ। ਤੁਹਾਡੇ ਮਾਤਮ ਵਾਸਤੇ ਇੱਕ ਦਰਦ ਲਿਖਿਆ ਹੈ, ਪੜ ਛੋਣਾ, ਹੱਥ ਰੱਖੋ ਸੀਨੇ ਤੇ। ਰੋਕਿਆ ਜੀਏ ਮੈਂ ਮਾਂ ਹਸਨੈਨ ਤੇ ਗਾਦੀ ਦੀ, ਮੇਰੇ ਨਾਲ ਨਾ ਹੁਣ ਅਲਵਾਓ, ਮੇਰੇ ਪੁੱਤਰ ਹੋਂਦੇ ਆਂਡੇ ਘਰ ਵੱਲ ਵਿੱਚ, ਮੇਰੀ ਸੈਣ ਦਾ ਪੁੱਤਰ ਬਚਾਓ। ਮੇਰੀਆਂ ਮਾਵਾਂ ਭੈਣਾਂ ਹਿੱਕ ਬਏ ਦੇ ਗਾਲੀ ਚ ਬਈ ਪਾ ਕੇ ਮੁਕਾਉਣ ਦੀ ਵਏ, ਜਿਹੜੇ ਹਲਕੇ ਦੇ ਮਾਤਮੀ ਬੈਠੇ ਹੋ, ਜਦਾਂ ਆਖਿਸ ਮੈਂ ਮਾਂ ਕੋਈ ਨਾ ਵੱਡਾ ਪੁੱਤ ਰੱਖਾਂ ਵਾਜ ਗਿਆ ਦੇ ਅੰਮਾ ਤੈ ਸੱਡਾ ਕੱਢਾ ਏ ਫਿਜ਼ਾ ਦਾ ਮਈਅਤ ਕੰਮ ਗਈ ਆਏ ਬੱਚੜਾ ਤੋਂ ਦੇ ਕੇ ਆਦੀਏ ਬਹੁ ਹੱਕ ਲਾ ਦਿੱਤੀਆਂ ਊ ਵੇਲੇ ਜੱਡਾ ਸ਼ਿਮੇਰ ਖਿਆਮ ਚ ਆਇਆ ਹੈ ਰਹੀ ਜਨ ਜੀ ਜ਼ੈਨਬ ਖੈਮੇ ਵਿੱਚ ਊ ਬੁਰਕੇ ਵਿੱਚ ਹੱਥ ਪਾਇਆ ਹੈ ਆਧੀ ਮੈਂ ਕੋ ਕਤਲ ਜਾ ਕਰ ਨਾ ਸਰ ਤੋਂ ਚਾਦਰ ਲਾ ਜਿਹੜੇ ਜੁੜ ਗਏ ਮਾਤਮ ਤੇ ਆਦਨ ਮੌਲਾ 400 ਘੋੜਾ ਖੜਾ ਹੈ ਜਿਹੜੇ ਘੋੜੇ ਤੇ ਮਰਦੀ ਆਖੀ ਬਏ ਮੌਲਾ ਸਾਰੇ ਨਾਲ ਜੁਲ ਉੱਥੋਂ ਹੀ ਜਨਾ ਦਾ ਤੈ ਪੜਨੇ ਅਸਾਂ ਮਾਂ ਦਾ ਮਈਆ ਵਤਨ ਤੇ ਘਿਨਵੇ ਮੌਲਾ ਘੋੜੇ ਤੇ ਬਏ ਮੁਹੰਮਦ ਬਾਕਰ ਮਾਮਾ ਸਰ ਤੇਰਾ ਕਿਆ ਦੇ ਪੈਦਲ ਟੁਰਸਾਂ ਸਾਰੇ ਨਾਲ ਬਹੁ ਟੁਰੀਏ ਸਿਆ ਡਾਡੇ ਛੜਾ ਟੁਰਸਾ ਨਾ ਮੈਂ ਡਾਡੀ ਗੁੰਜੈ ਸਾਂ ਆਦੇ ਮੌਲਾ ਇਹ ਤਕਲੀਫ ਨਾ ਕਰ ਬਾਕਰ ਦਾ ਮੱਥਾ ਜ਼ਮੀਨ ਤੇ ਆਉਣ ਲੱਗੇ ਇਹਨਾਂ ਤੋਂ ਦੇਖਿਆ ਦੇ ਮੈਂ ਕਿਉਂ ਨਾ ਜਾਵਾਂ ਡਾਡੀ ਕੋ ਸਾਡੇ ਨਾਲ ਮਈਆ ਤੇ ਜਵੇ ਦੀ ਰਹੀ ਜੱਡਾ ਪੱਥਰ ਵਸੇ ਬਾਜ਼ਾਰ ਦੇ ਵਿੱਚ ਮੇਰੀ ਮਾਂ ਕੋ ਹੈ ਬਚਵੇ ਦੀ ਥੋੜੇ ਸ਼ਾਮੀ ਉਹ ਟੁਰਨ ਦਾ ਰਾਹ ਦੇਵੋ ਯਾ ਭੀੜ ਕੋ ਜਾਟਵਾਓ ਆਖਰੀ ਵਾਇਣ ਹੌਸਲਾ ਹੌਸਲਾ ਬਾਬਾ ਮੌਲਾ ਤੁਹਾਡੀ ਜ਼ਿੰਦਗੀ ਕਰੇ ਆਖਰੀ ਵਾਇਣ ਬਚੜੇ ਜਨਾ ਦਾ ਝਾਈਆਂ ਨੇ ਮੋਈ ਆਲੀਆ ਕੋਲੇ ਸੁੱਤੀ ਕਿੱਥਾਂ ਹੈ ਬੋਲੋ ਜਿਹੜੇ ਸ਼ਾਮ ਦੇ ਦਵਾਰ ਬੈਠੇ ਹੋ ਬਚੜੇ ਜਨਾ ਦਾ ਝਾਈਆਂ ਨੇ ਪੰਜਵੇਂ ਇਮਾਮ ਤੋਂ ਦੇਖ ਕੇ ਦਿਨ ਮੌਲਾ ਸੱਚ ਦਾ ਸਾਹਮਣੇ ਛੋਟੀ ਕਬਰ ਕਹਿੰਦੀ ਗਿੱਧੀ ਵੰਦੇ ਅੱਜ ਡੂ ਰੱਸੀਆਂ ਵਾਲੇ ਹੱਥ ਪੈਰ ਜਿਹੜੇ ਹਲਕੇ ਦੇ ਮਾਤਮੀ ਬੈਠੇ ਹੋ ਭਾਈ ਨਜਮ ਫਿਜ਼ਾ ਦਾ ਮਈਆ ਸਕੀਨਾ ਦੀ ਕਬਰ ਦੇ ਕੋਲ ਰੱਖਾ ਨੇ ਕਬਰ ਚ ਆਣ ਡਾਡੀ ਰਹਿ ਪੋ ਰਹਿ ਪੋ ਫਿਜ਼ਾ ਦੀ ਨਹੀਂ ਹੁਸੈਨ ਦੀਦੀ ਨੌਕਰ ਸਰਦਾਰਾਂ ਦੇ ਸਾਹਮਣੇ ਖੜਦੇ ਚੰਗੇ ਲੱਗਦੇ ਸਮਦੇ ਚੰਗੇ ਨਹੀਂ ਲੱਗਦੇ ਮੁਲਤਾਨ ਵਾਲੇ ਹੁਸੈਨ ਦੀ ਧੀ ਗੱਲ ਹੀ ਉਹ ਜਿਹੀ ਕੀਤੀ ਹੈ ਫਿਜ਼ਾ ਕੋ ਰਹਿਣਾ ਪਏਗੇ ਅਦੀ ਡਾਡੀ ਬੈ ਜਾਣਦੀਆਂ ਤੈ ਮੇਰੇ ਕੋਲ ਨਹੀਂ ਰਹਿਣਾ ਕਿਉਂ ਨਹੀਂ ਰਹਿਣਾ ਰੋ ਕੇ ਆਦੀਏ ਤੂੰ ਅਮੀਰ ਦੀ ਧੀ ਦੇ ਨਾਲ ਰਹੀਏ ਮੈਂ ਗਰੀਬ ਦੀ ਧੀਆ ਵੰਜ ਡਾਡੀ ਇਹਦੀ ਕਬਰ ਤੇ ਦੀਵਾ ਨਹੀਂ ਬਲਦਾ ਤੂੰ ਕੀ ਤਈ ਕਬਰ ਕੋ ਅੱਜ